ਲਾਇਆ ਨੇ ਪੁੱਤ ਬੋਲਿਓ ਕਿੱਦਾਂ ਬੋਲਦੇ ਆ ਬੋਲਿਓ ਬੋਲ ਬੇਟਾ ਬੋਲੋ ਬੋਲਿਓ ਮੜ ਜਾ ਅੰਕਲ ਸਿੰਗਲ ਹੈ ਤੁਮਕੋ ਵੀ ਸਾਥ ਲੈ ਕੇ ਜਾਏਂਗੇ ਆ ਦੇਖ ਲਓ ਸਿੰਘ ਸਾਹਿਬ ਸਾਡੇ ਹਿੰਦੀ ਬੋਲਦੇ ਕਹਿੰਦਾ ਸਕੂਲੇ ਪੰਜਾਬੀ ਨਹੀਂ ਬੋਲਣ ਦਿੰਦੇ ਪੰਜਾਬੀ ਨਹੀਂ ਬੋਲਣ ਦਿੰਦੇ ਸਕੂਲੇ ਇੱਕ ਦਿਨ ਸਾਡੇ ਸਕੂਲੇ ਇੱਕ ਮੁੰਡਾ ਪੰਜਾਬੀ ਬੋਲਦਾ ਸੀ ਉਹ ਦੇ ਨਾਲ ਥੱਪੜ ਪਿਆ ਅੱਛਾ ਜਸ ਪੰਜਾਬੀ ਬੋਲਦਾ ਥੱਪੜ ਪਿਆ ਅਰੇ ਸਾਡੇ ਸਕੂਲੇ ਕੋਈ ਮੋਨੀਟਰ ਆ ਉਹਦੇ ਵਾਇਆ ਥਾ ਕਿਹੜਾ ਸਕੂਲ ਹੈ ਡਿਪਸ ਓਕੇ ਦੇਸਾਂ ਵਿਦੇਸ਼ਾਂ ਦੇ ਵਿੱਚ ਵੱਸਦੇ ਸਮੁੱਚੇ ਪੰਜਾਬੀਆਂ ਨੂੰ ਮਾਂ ਬੋਲੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਪੰਜਾਬੀਓ ਇੱਕ ਅਪੀਲ ਤੁਹਾਨੂੰ ਮੈਂ ਕਰਨੀ ਚਾਹੁੰਦਾ ਕਿ ਆਹ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇੱਕ ਬੱਚੇ ਦੀ ਜਿਹੜਾ ਦੱਸ ਰਿਹਾ ਕਿ ਪੰਜਾਬੀ ਬੋਲਣ 'ਤੇ ਸਕੂਲਾਂ ਦੇ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ ਜੁਰਮਾਨੇ ਕੀਤੇ ਜਾਂਦੇ ਨੇ ਤਾਂ ਇੱਥੇ ਸਾਨੂੰ ਸਮਝਣ ਦੀ ਲੋੜ ਹੈਗੀ ਕਿ ਕਿਵੇਂ ਸਾਡੀਆਂ ਜੜ੍ਹਾਂ ਜਿਹੜੀਆਂ ਵੱਢੀਆਂ ਜਾ ਰਹੀਆਂ ਨੇ ਕਿਉਂਕਿ ਮੈਂ ਤੁਹਾਨੂੰ ਇੱਕ ਵਾਰੀ ਨਹੀਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਜਦੋਂ ਸਾਡੀ ਮਾਂ ਬੋਲੀ ਨੇ ਮਰ ਜਾਣਾ ਤਾਂ ਸਾਡੇ ਵਜੂਦ ਨੇ ਮਰ ਜਾਣਾ ਸਾਡੀ ਪਹਿਚਾਣ ਨੇ ਖਤਮ ਹੋ ਜਾਣਾ ਮਸਲਾ ਬਹੁਤ ਵੱਡਾ ਇਹਨੂੰ ਗੰਭੀਰਤਾ ਦੇ ਨਾਲ ਲੈਣ ਦੀ ਲੋੜ ਹੈਗੀ ਹੈ ਇਹਨੂੰ ਐਂ ਨਾ ਸਮਝੋ ਵੀ ਕੋਈ ਗੱਲ ਨਹੀਂ ਠੀਕ ਹੈ ਅਸੀਂ ਕਦੇ ਨਹੀਂ ਇਹ ਕਿਹਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਨਾ ਪੜ੍ਹਾਓ ਹਿੰਦੀ ਨਾ ਪੜ੍ਹਾਓ ਸਾਰੀਆਂ ਜ਼ਬਾਨਾਂ ਪੜ੍ਹਾਓ ਪਰ ਜਿੱਥੇ ਸਾਡੀ ਮਾਂ ਬੋਲੀ ਦੀ ਗੱਲ ਹੈ ਸਾਡੀ ਮਾਂ ਬੋਲੀ ਨਾਲ ਇਹੋ ਜਿਹੇ ਹਾਲਾਤ ਨੇ ਜਿਹੜੇ ਇਹੋ ਜਿਹੀ ਦੁਰਦਸ਼ਾ ਜਿਹੜੀ ਉਹ ਪੰਜਾਬ 'ਚ ਕੀਤੀ ਜਾ ਰਹੀ ਹੈ ਅਤੇ ਹੋਰ ਆਪਾਂ ਕਿੱਥੋਂ ਉਮੀਦ ਕਰ ਲਾਂਗੇ ਆ ਜਿਹੜੀ ਤੁਸੀਂ ਬੱਚੇ ਦੀ ਵੀਡੀਓ ਦੇਖੀ ਹੈ ਇਹ ਮੈਨੂੰ ਕਿਸੇ ਨੇ ਭੇਜੀ ਅਤੇ ਸਕੂਲ ਦੇ ਪ੍ਰਿੰਸੀਪਲ ਦਾ ਨੰਬਰ ਵੀ ਭੇਜਿਆ ਤਾਂ ਸਕੂਲ ਦੀ ਪ੍ਰਿੰਸੀਪਲ ਮੁੱਕਰ ਦੀ ਸਾਫ਼ ਕਹਿੰਦੀ ਜੀ ਅਸੀਂ ਤਾਂ ਕੋਈ ਇਹੋ ਜਿਹੀ ਪਾਬੰਦੀ ਨਹੀਂ ਹੈਗੀ ਕੋਈ ਜੁਰਮਾਨਾ ਨਹੀਂ ਹੈਗਾ ਜਦੋਂ ਅਸੀਂ ਸਕੂਲਾਂ 'ਚ ਜਾਂਦੇ ਹਾਂ ਤਾਂ ਮੁੱਕਰ ਜਾਂਦੇ ਨੇ ਸੋ ਹਰ ਬੰਦੇ ਨੂੰ ਮੈਂ ਕਹਿਣਾ ਚਾਹੁੰਦਾ ਇੱਕ ਤਾਂ ਇਹ ਵੀਡੀਓ ਮੇਰਾ ਵੀਰ ਹਰ ਬੰਦੇ ਤੱਕ ਪਹੁੰਚਦੀ ਕਰੋ ਪੰਜਾਬ ਦੇ ਹਰ ਬੰਦੇ ਤੱਕ ਜਿਨ੍ਹਾਂ ਦੇ ਜਵਾਕ ਕਿਸੇ ਵੀ ਸਕੂਲ 'ਚ ਪੜ੍ਹਦੇ ਨੇ ਆਪਣੇ ਜਵਾਕਾਂ ਦੇ ਸਕੂਲਾਂ ਦੇ ਵਿੱਚ ਜਾ ਕੇ ਜਦੋਂ ਤੁਹਾਡੀ ਮੀਟਿੰਗ ਹੁੰਦੀ ਹੈ ਜਿਹਨੂੰ ਆਪਣਾ ਕਹਿੰਦੇ ਹਾਂ ਕਿ ਅਧਿਆਪਕਾਂ ਦੇ ਨਾਲ ਇੱਕ ਮਾਂ ਪਿਓ ਦੀ ਮੀਟਿੰਗ ਹੁੰਦੀ ਹੈ ਤਾਂ ਉਸ ਮੀਟਿੰਗ ਦੇ ਵਿੱਚ ਤੁਸੀਂ ਇਹ ਸਵਾਲ ਉਠਾਇਆ ਕਰੋ ਕਿ ਅੰਗਰੇਜ਼ੀ ਪੜ੍ਹਾਓ ਹਿੰਦੀ ਪੜ੍ਹਾਓ ਸਾਰਿਆਂ ਹੋਰ ਕੁਛ ਵੀ ਜਵਾਨਾਂ ਜਿਹੜੀਆਂ ਹੈਗੀਆਂ ਪੜ੍ਹਾਓ ਪਰ ਪੰਜਾਬੀ ਸਾਡੇ ਬੱਚਿਆਂ ਨੂੰ ਪੂਰੀ ਸਹੀ ਪੜ੍ਹਾਉਣੀ ਚਾਹੀਦੀ ਹੈ ਪੜ੍ਹਾਇਆ ਕਰੋ ਅਤੇ ਬੋਲਣ 'ਤੇ ਕੋਈ ਪਾਬੰਦੀ ਨਾ ਲਾਈ ਜਾਵੇ ਕੋਈ ਜੁਰਮਾਨੇ ਨਾ ਕੀਤੇ ਜਾਣ ਇਹ ਗੱਲ ਤੁਸੀਂ ਹਰ ਮੀਟਿੰਗ ਦੇ ਵਿੱਚ ਕਹਿਣੀ ਹੈ ਅਤੇ ਮੇਰਾ ਵੀਰ ਆਪਾਂ ਇੱਕ ਵਾਰੀ ਕੀ ਕਰਦੇ ਹਾਂ ਜਵਾਕਾਂ ਨੂੰ ਸਕੂਲ ਪੜ੍ਹਨ ਪਾ ਦਿੰਦੇ ਹਾਂ ਮੁੜ ਕੇ ਸਾਲ ਸਾਲ ਭਰ ਪਤਾ ਨਹੀਂ ਲੈਣ ਜਾਂਦੇ ਰਿਜ਼ਲਟ ਲੈਣ ਹੀ ਜਾਂਦੇ ਹੁੰਦੇ ਹਾਂ ਉਹਦੇ ਦੇ ਕੇ ਉਹ 90% ਕਹਿ ਕੇ 95% ਕਹਿ ਕੇ ਨੰਬਰ ਆਪਾਂ ਨੂੰ ਖੁਸ਼ ਕਰਕੇ ਘਰ ਨੂੰ ਤੋਰ ਦਿੰਦੇ ਆ ਆਪਾਂ ਘਰੇ ਆ ਕੇ ਮਠਿਆਈਆਂ ਵੀ ਵੰਡਦੇ ਨੇ ਵੀ ਜਵਾਕ ਸਾਡਾ ਬਹੁਤ ਹੁਸ਼ਿਆਰ ਹੈ ਜਦੋਂ ਉਹੀ ਜਵਾਕ ਸਾਡਾ ਕਿਸੇ ਟੈਸਟ 'ਚ ਜਾ ਕੇ ਬੈਠਦਾ ਤਾਂ ਜਵਾਕ ਫੇਲ ਹੋ ਜਾਂਦੇ ਆ ਇਹ ਸਾਡੀ ਪੜ੍ਹਾਈ ਦਾ ਹਾਲ ਹੈ ਸੋ ਮੈਂ ਤੁਹਾਨੂੰ ਇਹ ਗੁਜ਼ਾਰਿਸ਼ ਕਰਦਾ ਕਿ ਮੈਂ ਫਿਰ ਕਹਿੰਦਾ ਲੜਾਈ ਇਕੱਲੇ ਹੀ ਲੜਨ ਵਾਲੀ ਨਹੀਂ ਆ ਸਾਡੇ 10-20 ਬੰਦਿਆਂ ਦੀ ਲੜਨ ਵਾਲੀ ਨਹੀਂ ਆ ਅਸੀਂ ਹਰ ਰੋਜ਼ ਸਕੂਲਾਂ 'ਚ ਜਾਂਦੇ ਹਾਂ ਦਫ਼ਤਰਾਂ 'ਚ ਜਾਂਦੇ ਹਾਂ ਕੋਈ ਸੁਣਨ ਨੂੰ ਤਿਆਰ ਨਹੀਂ ਅਸੀਂ ਪਿਛਲੇ ਹਫ਼ਤਾ ਕੁ ਪਹਿਲਾਂ ਜਿਹੜਾ ਮੰਤਰੀ ਹੈ ਕੈਬਨਿਟ ਮੰਤਰੀ ਚੰਨੀ ਨੂੰ ਮਿਲ ਕੇ ਆਏ ਹਾਂ ਉਹਦੇ ਘਰੇ ਜਾ ਕੇ ਉਹਨੂੰ ਦੱਸ ਕੇ ਆਏ ਹਾਂ ਕਿ ਇਹਦੇ ਲਈ ਕਾਨੂੰਨ ਬਣਾਇਆ ਜਾਵੇ ਕਾਨੂੰਨ ਬਣਾਇਆ ਜਾਵੇ ਮਹਾਰਾਸ਼ਟਰ ਦੀ ਤਰਜ਼ 'ਤੇ ਮਹਾਰਾਸ਼ਟਰ ਦੇ ਵਿੱਚ ਕਾਨੂੰਨ ਹੈ ਕਿ ਕਿਸੇ ਵੀ ਸਕੂਲ ਦਾ ਦੁਕਾਨ ਦਾ ਬੋਰਡ ਘਰ ਦਾ ਬੋਰਡ ਉਹਦੇ ਉੱਪਰ ਪਹਿਲਾਂ ਮਰਾਠੀ ਫਿਰ ਦੂਜੀਆਂ ਜ਼ਬਾਨਾਂ ਹੋਣਗੀਆਂ ਪੰਜਾਬ ਦੇ ਵਿੱਚ ਵੀ ਇਹ ਕਾਨੂੰਨ ਬਣਾਉਣਾ ਚਾਹੀਦਾ ਦੂਜਾ ਕਾਨੂੰਨ ਅਸੀਂ ਇਹ ਦੱਸ ਕੇ ਆਏ ਸੀ ਕਿ ਤੁਸੀਂ ਜਿਹੜੇ ਵੀ ਸਕੂਲ ਸਹੀ ਤਰੀਕੇ ਨਾਲ ਪੰਜਾਬੀ ਨਹੀਂ ਪੜ੍ਹਾਉਂਦੇ ਜਾਂ ਪੰਜਾਬੀ ਬੋਲਣ 'ਤੇ ਜੁਰਮਾਨਾ ਲਾਉਂਦੇ ਨੇ ਜਾਂ ਕੋਈ ਪਾਬੰਦੀਆਂ ਲਾਉਂਦੇ ਨੇ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਇਹ ਮਾਨਤਾ ਰੱਦ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਇੱਕ ਕਾਨੂੰਨ ਪਾਸ ਕੀਤਾ ਜਾਵੇ ਜਾਂ ਹੇਠਲੀਆਂ ਅਦਾਲਤਾਂ ਦਾ ਕੰਮ ਆਪਣੀਆਂ ਉਹ ਹਾਈ ਕੋਰਟ ਵੱਲੋਂ ਹਦਾਇਤ ਹੈ ਕਿ ਅਦਾਲਤਾਂ ਦਾ ਕੰਮ ਅਸੀਂ ਕਰਨ ਨੂੰ ਤਿਆਰ ਹੈ ਪੰਜਾਬੀ ਤੁਹਾਡੀਆਂ ਜਿਹੜੀਆਂ ਪੰਜਾਬ ਦੀਆਂ ਅਦਾਲਤਾਂ ਨੇ ਤਾਂ ਸਰਕਾਰ ਵੱਲੋਂ ਉਹਨਾਂ ਨੇ 1700-1800 ਬੰਦਾ ਮੰਗਿਆ 2009 ਦੇ ਵਿੱਚ ਹਾਈਕੋਰਟ ਦੀ ਹਦਾਇਤ ਹੋਈ ਹੈ ਪਰ ਹਾਲੇ ਤੱਕ ਪੰਜਾਬ ਸਰਕਾਰ ਨੇ ਉਹਨਾਂ ਨੂੰ 1800 ਬੰਦਾ ਮੁਲਾਜ਼ਮ ਹੀ ਨਹੀਂ ਦਿੱਤਾ ਜਿਹੜਾ ਪੰਜਾਬੀ ਤੋਂ ਅੰਗਰੇਜ਼ੀ ਦੀ ਜਿਹੜਾ ਟ੍ਰਾਂਸਲੇਸ਼ਨ ਕਰੂਗਾ ਸੋ ਇਹ ਗੱਲਾਂ ਸਾਰੀਆਂ ਅਸੀਂ ਜਾ ਕੇ ਮੰਤਰੀ ਨੂੰ ਵੀ ਦੱਸੀਆਂ ਉਹ ਗੱਲ ਉਹੀ ਗੱਲ ਹੈ ਕਿ ਗੋਂਗਲਵਾਂ ਦੇ ਮਿੱਟੀ ਝਾੜਨ ਵਾਲੀ ਗੱਲ ਹੈ ਕਹਿ ਦਿੰਦੇ ਹਾਂ ਜੀ ਮਤਾ ਲਿਆਵਾਂਗੇ ਜੀ ਮਤਾ ਪਾਸ ਕਰਤਾ ਜੀ ਵੈਸੇ ਕਾਨੂੰਨ ਤਾਂ 2008 ਦੇ ਵਿੱਚ ਵੀ ਦੁਬਾਰੇ ਸੋਧ ਹੋ ਕੇ ਬਣਿਆ 1967 ਵਾਲੇ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ ਹੈ ਵੀ ਸਾਰੇ ਦਫ਼ਤਰਾਂ ਦਾ ਕੰਮ ਕਰ ਪੰਜਾਬੀ 'ਚ ਉੱਪਰ ਕਰਦਾ ਭਰਾਵੋ ਕੌਣ ਆ ਉਦੋਂ ਬਾਅਦ ਅਸੀਂ ਇਸ ਗੱਲ 'ਚੋਂ ਸਾਡੀ ਨਾ ਸੁਣਵਾਈ ਹੋਈ ਕੱਲ੍ਹ ਅਸੀਂ ਵਿਧਾਨ ਸਭਾ ਚਲੇ ਗਏ ਵਿਧਾਨ ਸਭਾ ਦੇ ਵਿੱਚ ਵੜ ਗਏ ਸੀਗੇ ਜਾ ਕੇ ਵੀ ਆਹ ਜਿਹੜਾ ਬੋਲਾ ਹੋ ਚੁੱਕਿਆ ਕੈਪਟਨ ਹੈ ਇਹਦੇ ਕੰਨਾਂ ਤੱਕ ਗੱਲ ਪਹੁੰਚਾਈ ਜਾਵੇ ਤਾਂ ਉੱਥੇ ਸਾਨੂੰ ਫੜ ਕੇ ਉਹਨਾਂ ਨੇ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਸਾਨੂੰ ਰਾਤ ਨੂੰ ਉਹਨਾਂ ਨੇ ਰਾਤ 12-1 ਵਜੇ ਸਾਨੂੰ ਛੱਡਿਆ ਸੋ ਮੈਂ ਮੇਰਾ ਕਹਿਣ ਦਾ ਭਾਵ ਹੈ ਕਿ ਮੈਂ
ਕੱਲਾ ਨਹੀਂ ਲੜ ਸਕਦਾ। ਜੇ ਜੇ ਪੂਰੀ ਇੱਕ ਲੋਕ ਲਹਿਰ ਬਣੂਗੀ ਪੰਜਾਬੀ ਮਾਂ ਬੋਲੀ ਦੇ ਹੱਕ ਦੇ ਵਿੱਚ, ਤਾਂ ਜਾ ਕੇ ਇਹ ਲੜਾਈ ਅਸੀਂ ਲੜ ਸਕਦੇ ਹਾਂ ਭਰਾਵੋ। ਅਖੀਰ ਦੇ ਉੱਤੇ ਮੈਂ ਹੋਰ ਤੁਹਾਨੂੰ ਕਹਿਣਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਸਕੂਲ ਦੇ ਵਿੱਚ ਪੰਜਾਬੀ ਬੋਲਣ ਤੇ ਪਾਬੰਦੀ ਹੈ, ਜੁਰਮਾਨਾ, ਸਹੀ ਤਰੀਕੇ ਨਾਲ ਸਾਡੇ ਜਵਾਕਾਂ ਨੂੰ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਤਾਂ ਮੈਂ ਇੱਕ ਨੰਬਰ ਤੁਹਾਨੂੰ ਦੇਣ ਲੱਗਿਆ, 82-648-93-029, 82-648-93-029। ਤੇ ਇਹ ਫੋਨ ਤੇ ਮੈਨੂੰ ਮੇਰਾ ਵੀਰ ਫੋਨ ਨਾ ਕਰਿਓ ਜੇ ਕੋਈ ਸਕੂਲ ਦੀ ਸਮੱਸਿਆ ਹੈ, ਸੁਨੇਹਾ ਭੇਜ ਦਿਓ, ਜਿਹੜਾ ਆਪਾਂ ਮੈਸੇਜ ਕਹਿ ਦਿੰਦੇ ਹਾਂ, ਟੈਕਸਟ ਮੈਸੇਜ ਹੁੰਦਾ ਨਾ ਜਿਹੜਾ ਸੁਨੇਹਾ, ਉਹ ਸੁਨੇਹੇ ਰਾਹੀਂ ਮੈਨੂੰ ਸਕੂਲ ਦਾ ਨਾਂ, ਬੱਚੇ ਦਾ ਨਾਂ ਤੇ ਇਹ ਜਿਹੜਾ ਆਪਣਾ ਉਹਦਾ ਪ੍ਰਿੰਸੀਪਲ ਦਾ ਜਾਂ ਕੋਈ ਵੀ ਸਕੂਲ ਦਾ ਜਿਹੜੀ ਪ੍ਰਬੰਧਕ ਕਮੇਟੀ ਬਣੀ ਹੁੰਦੀ ਹੈ ਜਾਂ ਮੈਨੇਜਮੈਂਟ ਕੋਈ ਵੀ ਹੈ, ਉਹਦਾ ਨੰਬਰ ਮੈਨੂੰ ਜ਼ਰੂਰ ਭੇਜ ਦਿਓ ਤੇ ਮੈਂ ਉਹ ਆਪੇ ਸਕੂਲ ਨਾਲ ਗੱਲਬਾਤ ਕਰ ਲੂੰਗਾ। ਮੈਂ ਕਹਿੰਦਾ ਵੀ ਇੱਕ ਵਾਰੀ ਤੁਸੀਂ ਹੰਭਲਾ ਆਪ ਮਾਰੋ, ਆਪੋ ਆਪਣੇ ਇਕੱਠੇ ਹੋ ਕੇ ਸਕੂਲਾਂ ਦੇ ਵਿੱਚ ਮਾਂ ਪਿਓ ਇਕੱਠੇ ਹੋ ਕੇ ਆਪਣੇ ਜਵਾਕਾਂ ਨੂੰ ਪੁੱਛੋ ਵੀ ਤੁਹਾਨੂੰ ਪੰਜਾਬੀ ਬੋਲਣ 'ਤੇ ਕੋਈ ਪਾਬੰਦੀ ਤਾਂ ਨਹੀਂ ਹੈ, ਸਹੀ ਪੜ੍ਹਾਈ ਜਾਂਦੀ ਹੈ ਉੱਥੇ। ਜੇ ਤੁਹਾਨੂੰ ਲੱਗਦਾ ਕਿ ਸਕੂਲਾਂ ਦਾ ਜਿਹੜਾ ਸ਼ੱਕੀ ਹੈ ਕੰਮ, ਤਾਂ ਤੁਸੀਂ ਆਪ ਜਾ ਕੇ ਪੜਤਾਲ ਕਰੋ। ਜੇ ਕੋਈ ਸਕੂਲ ਨਹੀਂ ਹੈ ਮਤਲਬ ਕਿ ਆਵਾਜ਼ ਆਉਂਦਾ ਨਾ ਹਰਕਤਾਂ ਤੋਂ, ਤਾਂ ਉਹ ਮੈਂ ਤੁਹਾਨੂੰ ਜਿਹੜਾ ਨੰਬਰ ਦਿੱਤਾ ਉਹਦੇ 'ਤੇ ਤੁਸੀਂ ਮੈਨੂੰ ਸੁਨੇਹਾ ਭੇਜ ਕੇ, ਸਕੂਲ ਦਾ ਸਾਰਾ ਜਿਹੜਾ ਐਡਰੈਸ ਹੈਗਾ, ਪਤਾ ਹੈਗਾ, ਨੰਬਰ ਹੈਗਾ, ਉੱਥੋਂ ਦਾ ਮੈਨੂੰ ਭੇਜ ਦਿਓ, ਫਿਰ ਮੈਂ ਆਪੇ ਉਹਨਾਂ ਨਾਲ ਗੱਲ ਕਰੂੰਗਾ। ਜੇ ਆਪਾਂ ਨੂੰ ਸੰਘਰਸ਼ ਵੀ ਵਿੱਢਣਾ ਪਿਆ, ਜਾਣਾ ਵੀ ਪਿਆ, ਤਾਂ ਆਪਾਂ ਉੱਥੇ ਵੀ ਜਾਵਾਂਗੇ। ਸੋ ਇਹ ਮੇਰੀਆਂ ਬੇਨਤੀਆਂ, ਮੇਰਾ ਵੀਰ ਕਬੂਲ ਕਰਨਾ, ਇਹਨੂੰ ਵੱਧ ਤੋਂ ਵੱਧ ਅੱਗੇ ਸਾਂਝੀ ਕਰ ਦਿਓ ਤਾਂ ਕਿ ਹਰ ਪੰਜਾਬ ਦੇ ਬੰਦੇ ਤੱਕ ਪਹੁੰਚ ਸਕੇ। ਲੋੜ ਆ ਅੱਜ ਸਾਨੂੰ ਆਪਣੀਆਂ ਜੜ੍ਹਾਂ ਨੂੰ ਬਚਾਉਣ ਦੀ ਲੋੜ ਆ, ਸਾਡੀਆਂ ਜੜ੍ਹਾਂ ਇੱਕ ਸਾਜਿਸ਼ ਦੇ ਤਹਿਤ ਕੱਟੀਆਂ ਜਾ ਰਹੀਆਂ ਨੇ। ਮੈਂ ਵਾਰ ਵਾਰ ਕਹਿਣਾ, ਤੁਹਾਨੂੰ ਬੇਨਤੀਆਂ ਕਰਦਾ, ਹੱਥ ਬੰਨ ਕੇ ਫਿਰ ਤੁਹਾਡੇ ਅੱਗੇ ਅਪੀਲ ਕਰਦਾ ਕਿ ਇਹ ਲੜਾਈ ਮੈਂ ਇਕੱਲਾ ਨਹੀਂ ਲੜ ਸਕਦਾ, ਲੜਾਈ ਤੁਹਾਡੇ ਸਹਿਯੋਗ ਦੇ ਨਾਲ, ਤੁਹਾਡੇ ਸਾਥ ਦੇ ਨਾਲ, ਲੋਕ ਲਹਿਰ ਦੇ ਨਾਲ ਲੜਾਈ ਲੜੀ ਜਾਣੀ ਹੈ। ਧੰਨਵਾਦ ਦੁਬਾਰਾ ਫਿਰ ਸਮੁੱਚੇ ਪੰਜਾਬੀਆਂ ਨੂੰ। ਮਾਂ ਬੋਲੀ ਪੰਜਾਬੀ ਜਿੰਦਾਬਾਦ ਰਹੇ, ਜਿਉਂਦੀ ਰਹੇ, ਵਸਦੀ ਰਹੇ। ਪੰਜਾਬੀ ਪੜ੍ਹੋ, ਪੰਜਾਬੀ ਲਿਖੋ, ਪੰਜਾਬੀ ਬੋਲਿਆ ਕਰੋ, ਪੰਜਾਬੀ ਹੋਣ 'ਤੇ ਮਾਣ ਵੀ ਕਰਿਆ ਕਰੋ ਕਿ ਹਾਂ ਅਸੀਂ ਇੱਕ ਠੋਕੇ ਕਹੋ ਅਸੀਂ ਪੰਜਾਬੀ ਹਾਂ, ਦੁਨੀਆਂ ਸਾਡੀ ਅੱਡਰੀ ਇੱਕ ਵੱਖਰੀ ਪਹਿਚਾਣ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।